Tu rab bana ke, tu jab hai, tu rab bana.
ਗੋਲੀ ਹਾਂ, ਮੈਂ ਤੇਰੀ ਗੁਲਾਮ ਹਾਂ, ਮੈਂ ਤੇਰੀ ਗੁਲਾਮ ਹਾਂ, ਤੇਰੀ ਗੋਲੀ ਹਾਂ। ਮੈਂ ਅੱਜ ਇੱਕ ਅਰਜ਼ ਕਰਨ ਲੱਗਿਆ ਹਜ਼ੂਰ, ਕਿਉਂਕਿ ਮੈਂ ਕੁਛ ਦੱਸ ਨਹੀਂ ਸਕਦਾ, ਬਿਆਨ ਨਹੀਂ ਕਰਨਾ ਮੈਨੂੰ ਆਉਂਦਾ, ਨਾ ਮੈਂ ਕੋਈ ਤੁਹਾਨੂੰ ਕੋਈ ਨਸੀਹਤ ਦੇ ਸਕਦਾ। ਅਤੇ ਮੈਂ ਇਹਨਾਂ ਬਜ਼ੁਰਗਾਂ ਦੀਆਂ ਗੱਲਾਂ ਇਹਨਾਂ ਕੋਲੋਂ ਸੁਣ ਕੇ ਚੋਰੀ ਕਰਕੇ, ਇਹਨਾਂ ਫਕਰਾਂ ਫਕੀਰਾਂ ਤੋਂ ਗੱਲਾਂ ਚੋਰੀ ਕਰਕੇ, ਇਹਨਾਂ ਦੀਆਂ ਗੱਲਾਂ ਇਹਨਾਂ ਨੂੰ ਸੁਣਾ ਕੇ ਇਹਦੇ ਵਿੱਚ ਵਿਚਾਲੇ ਆਪਣਾ ਚੁੱਲ੍ਹਾ ਦਬਾ ਲੈਣਾ। ਬਹੁਤ ਜ਼ਿਆਦਾ ਗੱਲ ਨਹੀਂ, ਅੱਜ ਕੱਲ੍ਹ ਅਰਜ਼ ਕਰਨ ਲੱਗਾ ਕਿ ਮੰਗਣਾ ਕੀ ਚਾਹੀਦਾ, ਦਰਬਾਰ 'ਤੇ ਜਾ ਕੇ ਕੀ ਮੰਗਣਾ ਚਾਹੀਦਾ। ਦਿਲ ਤੋਂ ਬੁਲਾਉਣ ਵਾਲਾ ਹੋਵੇ ਉਹ ਬੋਲਦਾ ਜ਼ਰੂਰ ਹੈ, ਖਸਮ ਬੋਲਦਾ ਜ਼ਰੂਰ ਹੈ, ਉਹਨੂੰ ਬੁਲਾਉਣ ਵਾਲਾ ਚਾਹੀਦਾ। ਸੇਵਾਦਾਰਾਂ ਨੂੰ ਬੇਨਤੀ ਹੈ ਥੋੜ੍ਹੀ ਜਿਹੀ ਇਹ ਅਗਲੀ ਜਗ੍ਹਾ ਜਿਹੜੀ ਹੈ ਹੱਥ ਬੰਨ ਕੇ, ਜਿਹੜੇ ਪਾਣੀ ਵਾਲੇ ਸੇਵਾਦਾਰ, ਬਹੁਤ ਬੇਨਤੀ। ਮੰਗਣਾ ਕੀ ਚਾਹੀਦਾ, ਜਦੋਂ ਦਿਲ ਤੋਂ ਬੁਲਾਇਆ ਮੈਂ ਤੇਰੀ ਗੋਲੀ ਹਾਂ, ਮੈਂ ਤੇਰੀ ਗੋਲੀ ਹਾਂ, ਮੈਂ ਤੇਰੀ ਗੋਲੀ ਹਾਂ, ਉਹ ਬੋਲਿਆ, ਹੋਰ ਕੀ ਚਾਹੀਦਾ, ਕੀ ਮੰਗਣਾ ਹੀ ਹੈ। ਦੁੱਧ ਚਾਹੀਦਾ ਜਾਂ ਪੁੱਤ ਚਾਹੀਦਾ, ਇੱਜ਼ਤ ਸ਼ੌਹਰਤ ਚਾਹੀਦੀ ਹੈ, ਸਿਹਤ ਚਾਹੀਦੀ ਹੈ, ਜ਼ਮੀਨ ਚਾਹੀਦੀ ਹੈ ਜਾਂ ਧਨ ਦੌਲਤ ਚਾਹੀਦਾ, ਕੀ ਚਾਹੀਦਾ ਬੋਲ। ਉਹ ਕਹਿੰਦੀ ਨਾ ਦੁੱਧ ਮੰਗਦੀ ਹਾਂ ਨਾ ਪੁੱਤ ਮੰਗਦੀ ਹਾਂ। ਬਾਬਾ ਮੇਰੇ ਪੁੱਤ ਨੂੰ ਅਮਰੀਕਾ ਭੇਜ ਦੇ, ਬਾਬਾ ਮੇਰੀ ਧੀ ਨੂੰ ਕੈਨੇਡਾ ਭੇਜ ਦੇ, ਬਾਬਾ ਮੈਨੂੰ ਕਰਜ਼ ਤੋਂ ਮਾਫੀ ਦਵਾ ਦੇ, ਮੈਨੂੰ ਕੋਰਟ ਕਚਹਿਰੀ ਦੇ ਚੱਕਰਾਂ ਚੋਂ ਬਾਹਰ ਕੱਢ ਦੇ, ਮੈਨੂੰ ਜ਼ਮੀਨ ਦੇ ਦੇ, ਮੈਨੂੰ ਪੈਸਾ ਦੇ ਦੇ, ਮੈਨੂੰ ਇੱਜ਼ਤ ਦੇ ਦੇ, ਮੈਨੂੰ ਸ਼ੌਹਰਤ ਦੇ ਦੇ। ਤੇ ਤੂੰ ਐਸੀ ਕਿਹੜੀ ਮੰਗ ਲੈ ਕੇ ਆਈ ਆ, ਇਹਨਾਂ ਸਾਰੀਆਂ ਚੀਜ਼ਾਂ ਤੋਂ ਹਟ ਕੇ ਤੂੰ ਕੀ ਮੰਗਣਾ ਹੀ ਆ। ਉਹ ਹੱਥ ਮੰਗ ਕੇ ਕਹਿੰਦੀ ਹਜ਼ੂਰ, ਸੱਚ ਨਾਲ ਦੱਸਣ ਲੱਗਾ ਕਿ ਅਸਲ ਚ ਮੰਗਣਾ ਕੀ ਚਾਹੀਦਾ, ਕੀ ਤੇਰੀ ਧੀ ਹੋਵੇ, ਦਰਸ਼ਨ ਮੰਗ ਲਏ, ਦੀਦਾਰ ਮੰਗ ਲਏ, ਉਹਨੇ ਕੋਈ ਘਾਟੇ ਦਾ ਸੌਦਾ ਕੀਤਾ, ਸੌਦਾ ਘਾਟੇ ਦਾ ਕੀਤਾ, ਜਕਾਰਾ ਮਸਤਾਂ ਦਾ। ਇੱਕ ਬੰਦੇ ਨੂੰ ਗੱਡੀ ਪਸੰਦ ਆ ਗਈ, ਬੜੀ ਖੂਬਸੂਰਤ ਸੀ, BMW, ਆਡੀ, ਮਰਸੀਡੀਜ਼, ਵੱਡੀ ਗੱਡੀ। ਤੇ ਉਹਨੂੰ ਦੇਖੀ ਜਾਂਦਾ, ਦੂਰੋਂ ਦੇਖੀ ਜਾਂਦਾ, ਗੱਡੀ ਬੜੀ ਸੋਹਣੀ ਹੈ। ਕਿਸੇ ਨੇ ਕਿਹਾ ਕਿ ਨੇੜੇ ਹੋ ਕੇ ਦੇਖਦਾ, ਦੂਰੋਂ ਦੇਖੀ ਜਾਂਦਾ, ਜ਼ਰਾ ਤਵਜੋ। ਕਿਸੇ ਨੇ ਕਿਹਾ ਕਿ ਨੇੜੇ ਹੋ ਕੇ ਦੇਖਦਾ, ਐਵੇਂ ਦੂਰੋਂ ਦੇਖੀ ਜਾਂਦਾ, ਕਹਿੰਦਾ ਯਾਰ ਇਹਦੇ ਮਾਲਕ ਨਾਲ ਮੇਰੀ ਬਣਦੀ ਨਹੀਂ, ਉਹ ਮੈਨੂੰ ਹੱਥ ਨਹੀਂ ਲਾਉਣ ਦਿੰਦਾ, ਤੇ ਵਿੱਚ ਬੈਠਣ ਤੋਂ ਬਹੁਤ ਦੂਰ ਦੀ ਗੱਲ। ਮੁਹੱਬਤ ਕਿਹਨੂੰ ਕੀਤੀ? ਗੱਡੀ ਨੂੰ। ਉਹ ਕਹਿੰਦਾ ਫਿਰ ਇੱਕ ਤੈਨੂੰ ਰਸਤਾ ਦੱਸਾਂ, ਕਹਿੰਦਾ ਕੀ? ਕਹਿੰਦਾ ਗੱਡੀ ਨੂੰ ਛੱਡ, ਗੱਡੀ ਦੇ ਮਾਲਕ ਨੂੰ ਪਿਆਰ ਕਰ। ਉਹ ਜੇ ਗੱਡੀ ਦੇ ਮਾਲਕ ਨਾਲ ਪਿਆਰ ਪੈ ਗਿਆ ਤੇ ਗੱਡੀ ਦਾ ਮਾਲਕ ਵੀ ਤੇਰਾ ਤੇ ਗੱਡੀ ਵੀ ਤੇਰੀ। ਜਿੱਥੇ ਮਰਜ਼ੀ ਲਈ ਵੀ ਜਾਏ, ਜਿਹਨੂੰ ਦਰਸ਼ਨ ਹੋ ਗਏ ਨਾ ਆਪਣੇ ਮੁਰਸ਼ਦ ਦੇ, ਤੇ ਧਨ ਦੌਲਤ ਇੱਜ਼ਤ ਸ਼ੌਹਰਤ ਪੈਸਾ ਧੇਲਾ ਸਭ ਮਨਫੀ ਹੋ ਜਾਣਾ, ਸਭ ਖਤਮ ਹੋਣ ਵਾਲੀ ਚੀਜ਼, ਇੱਕੋ ਇੱਕ ਚੀਜ਼ ਰਹਿਣੀ ਕੀ?
ਅੱਖਾਂ ਦਰਦ ਹੋਵੇ ਪਿਆਸੀ